ਨੇਪਾਲ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 3 ਸਿੱਕੇ ਅਤੇ 1 ਡਾਕ ਟਿਕਟ ਜਾਰੀ ਕਰੇਗੀ। ਕਠਮਾਂਡੂ 'ਚ ਗੁਰਦੁਆਰਾ ਗੁਰੂ ਨਾਨਕ ਸਤਸੰਗ ਦੇ ਮੁਖੀ ਪ੍ਰੀਤਮ ਸਿੰਘ ਮੁਤਾਬਕ ਸਾਡੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ ਅਤੇ ਨੇਪਾਲ ਸਰਕਾਰ ਨੇ 100 ਰੁਪਏ, 1000 ਰੁਪਏ ਅਤੇ 2500 ਰੁਪਏ ਦੇ ਸਿੱਕੇ ਜਾਰੀ ਕਰਨ ਦਾ ਫੈਸਲਾ ਲਿਆ ਅਤੇ ਇੱਕ ਪੋਸਟਲ ਸਟੈਂਪ ਵੀ ਜਾਰੀ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੇਪਾਲ ਸਰਕਾਰ ਵੱਲੋਂ ਅਧਿਕਾਰਕ ਤੌਰ 'ਤੇ ਇਹ ਤਸਦੀਕ ਕੀਤੀ ਗਈ ਹੈ ਕਿ ਸਿੱਕੇ ਅਤੇ ਪੋਸਟਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਨੇਪਾਲ ਵਿਚਲਾ ਸਿੱਖ ਭਾਈਚਾਰਾ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਸ਼ਰਧਾ ਭਾਵ ਨਾਲ ਮਨਾਉਣ ਜਾ ਰਿਹਾ ਹੈ। ਇਸ ਬਾਰੇ ਕਈ ਸਮਾਗਮ ਕਠਮਾਂਡੂ ਵਿੱਚ ਸ਼ੁਰੂ ਹੋ ਚੁੱਕੇ ਨੇ ਅਤੇ ਪ੍ਰਕਾਸ਼ ਪੁਰਬ ਤੱਕ ਇਹ ਸਮਾਗਮ ਵੱਖੋ ਵੱਖ ਤਰੀਕੇ ਨਾਲ ਚੱਲਦੇ ਰਹਿਣਗੇ। ਇੱਥੇ ਗੁਰਦੁਆਰਾ ਸਾਹਿਬ ਸਿੱਖ ਧਰਮ ਲਈ ਇਤਿਹਾਸਕ ਮਹੱਤਤਾ ਰੱਖਦੇ ਹਨ ਅਤੇ ਗੁਰੂ ਸਾਹਿਬ ਦੀ ਚਰਨ ਛੋਹ ਹਾਸਲ ਹਨ। ਪ੍ਰੀਤਮ ਸਿੰਘ ਮੁਤਾਬਕ ਆਪਣੀਆਂ ਉਦਾਸੀਆਂ ਦਰਮਿਆਨ ਗੁਰੂ ਸਾਹਿਬ ਤਿੱਬਤ ਤੋਂ ਪਰਤਦਿਆਂ ਕਠਮਾਂਡੂ ਪਹੁੰਚੇ ਸਨ ਅਤੇ ਉਸ ਵੇਲੇ ਦੇ ਰਾਜੇ ਵੱਲੋਂ ਕਰੀਬ 200 ਏਕੜ ਜ਼ਮੀਨ ਗੁਰੂ ਸਾਹਿਬ ਨੂੰ ਦਿੱਤੀ ਗਈ ਸੀ ਜੋ ਹਾਲੇ ਵੀ ਗੁਰੂ ਸਾਹਿਬ ਦੇ ਨਾਮ 'ਤੇ ਹੈ। ਪਰ ਉਹਨਾਂ ਮੁਤਾਬਕ ਇਹ ਬਦਕਿਸਮਤੀ ਹੈ ਕਿ ਹੁਣ ਇਸ ਜ਼ਮੀਨ 'ਚੋਂ ਮਹਿਜ 4 ਏਕੜ ਜ਼ਮੀਨ ਹੀ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਬਚੀ ਹੈ। 1965 ਤੋਂ ਬਾਅਦ ਇਸ ਜ਼ਮੀਨ 'ਤੇ ਸਾਡੇ ਵੱਲੋਂ ਬਾਉਂਡਰੀ ਲੈਣ ਵਾਲੀ ਹੋਈ ਹੈ। ਉਹਨਾਂ ਮੁਤਾਬਕ ਕਠਮਾਂਡੂ 'ਚ ਵਿਸ਼ਨੂਮਤੀ ਨਦੀ 'ਤੇ ਬਣੇ ਗੁਰਦੁਆਰਾ ਨਾਨਕ ਮੱਠ ਦੀ ਸੇਵਾ ਹੱਥਾਂ 'ਚ ਲੈਣ ਲਈ ਉਹ ਚਾਰਾਜੋਈ ਕਰ ਰਹੇ ਨੇ। ਇੱਥੇ ਗੱਦੀ ਸਿਸਟਮ ਹੈ ਅਤੇ 32ਵੇਂ ਮਹੰਤ ਇਸ ਵੇਲੇ ਗੱਦੀ 'ਤੇ ਬਿਰਾਜਮਾਨ ਹਨ। ਉਹਨਾਂ ਦਾ ਕਹਿਣਾ ਕਿ ਅਸੀਂ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਅਤੇ ਮੁਰੰਮਤ ਲਈ 125 ਕਰੋੜ ਰੁਪਏ ਖਰਚਣ ਦੀ ਪੇਸ਼ਕਸ਼ ਰੱਖੀ ਹੈ, ਜਿਸ ਤਹਿਤ 200 ਕਮਰਿਆਂ ਦੀ ਇੱਕ ਸਰਾਂ ਵੀ ਬਣਾਈ ਜਾਣੀ ਹੈ। ਇੱਕ ਓਲਡ ਏਜ ਹੋਮ ਸਕੂਲ ਵੀ ਇਸ ਤਜਵੀਜ਼ ਦਾ ਹਿੱਸਾ ਹੈ ਤਾਂ ਜੋ ਸਿੱਖ ਸ਼ਰਧਾਲੂ ਦਰਸ਼ਨਾਂ ਲਈ ਇਸ ਇਤਿਹਾਸਕ ਸਥਲ ਗੁਰਦੁਆਰਾ ਨਾਨਕ ਮੱਠ 'ਤੇ ਪਹੁੰਚ ਕਰਨ। ਉਹਨਾਂ ਮੁਤਾਬਕ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਵੀ ਹੈ। ਗੁਰਦੁਆਰਾ ਗੁਰੂ ਨਾਨਕ ਸਾਹਿਬ ਸਤਸੰਗ ਦੇ ਸਲਾਹਕਾਰੀ ਕਮੇਟੀ ਦੇ ਮੈਂਬਰ ਅਜੀਤ ਸਿੰਘ ਮੁਤਾਬਕ ਨੇਪਾਲ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕੇ ਅਤੇ ਡਾਕ ਟਿਕਟ ਜਾਰੀ ਕਰਨ ਨਾਲ ਨਾ ਸਿਰਫ ਇੱਥੇ ਵੱਸਦੇ ਸਿੱਖ ਭਾਈਚਾਰੇ ਲਈ ਵੱਡੇ ਮਾਣ ਦੀ ਗੱਲ ਹੈ ਬਲਕਿ ਇਸ ਨਾਲ ਕੌਮਾਂਤਰੀ ਪੱਧਰ 'ਤੇ ਸਿੱਖ ਭਾਈਚਾਰੇ ਦਾ ਮਾਣ ਵਧਿਆ। ਅਸੀਂ ਨੇਪਾਲ ਸਰਕਾਰ ਦੇ ਇਸ ਫੈਸਲੇ ਦਾ ਖੁੱਲ੍ਹੇ ਦਿਲ ਨਾਲ ਇਸਤਕਬਾਲ ਕਰਦੇ ਹਾਂ। ਜ਼ਿਕਰੇ ਖਾਸ ਹੈ ਕਿ ਨੇਪਾਲ ਸਰਕਾਰ ਵੱਲੋਂ 3 ਸਿੱਕਿਆਂ ਸਮੇਤ ਡਾਕ ਟਿਕਟ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਹਨਾਂ ਦੇ ਸੈਂਪਲ ਵੀ ਜਾਰੀ ਕੀਤੇ ਗਏ ਨੇ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।